अस्सलाम वालेकुम गाइस जी, मैं थोड़ा अमन अदीन गुजरांवाला पाकिस्तान तो उस्ताद हाजी मुहम्मद अफजल सुचियारी कवाल का पोता तो उस्ताद नदीम अफजल साहब का बेटा। तो मैं प्रोफेसनल सिंगर हाँ। तो सब तो पहले मैं बहुत ज़्यादा मशहूर हाँ, शुक्र गुजार हाँ पठवारी बैठक के तमाम मैंबरान का कि जिन्होंने बाबा जी की वीडियो में बहुत ज़्यादा लाइक किया, पसंद किया। तो मैं उस तो बाद मैं बहुत ज्यादा मशहूर हाँ राजा नईम साहब जेडे के सीईओ ने पठवारी बैठक दे ते उन्हां मैं राबता कीता ते उन्हां दी पुरजोर फरमाइश ते मैं बाबा जी दी चंद इशार सैफल मलूक दे सुनाना चाहना वा। समाप्त फरमायो। मियां मोहम्मद बख्श साहब रहमतुल्लाह अलैह आरफे खड़ी शरीफ उन्हां कुछ बंदे दी हकीकत लिखी है, बंदे दी जिंदगी दे हवाले च कुछ आरफाना बोल कलाम लिखे ने उन्हां। रहमत दा रहमत दा दरिया इलाही इत्थे हर दम वगदा है तेरा ते जे इक कतरा बख्शे मैनू ते कम बन जांदा है मेरा। मियां साहब ने एक शेर कह के कूजे विच दरिया बंद कर दिता है। अंजाम आगाज दा की ओ जिस तू बे नल गुड़ती देंदे ओ जिस तू बे गुड़ती देंदे ते ओसे तू बे पानी ते ओहो आमन रमेल मुहम्मद ओहो आनम पानी। जनाब किसे
ਸ਼ਾਇਖ ਨੇ ਸ਼ਾਖ ਨਾਲੋਂ ਫੁੱਲ ਤੋੜੇ ਤੇ ਸ਼ਾਖ ਚੋਂ ਇੱਕ ਪਾਣੀ ਦਾ ਕਤਰਾ ਡਿੱਗਿਆ। ਮੀਆਂ ਸਾਹਿਬ ਇਹ ਮੰਜ਼ਰ ਵੇਖ ਰਹੇ ਸਨ। ਮੀਆਂ ਸਾਹਿਬ ਮੰਜ਼ਰ ਵੇਖ ਰਹੇ ਸਨ ਤੇ ਉਹ ਆਂਦੇ ਨੇ, ਯਾਰ ਇਹ ਸ਼ਾਖ ਚੋਂ ਪਾਣੀ ਦਾ ਕਤਰਾ ਨਹੀਂ ਡਿੱਗਿਆ, ਇਹ ਸ਼ਾਖ ਦੇ ਅਥਰੂ ਨੇ, ਇਹ ਰੋਣ ਡਈ ਏ। ਤੇ ਇੱਥੇ ਸ਼ਾਖ ਨੇ ਫਰਿਆਦ ਕੀਤੀ ਏ, ਮੈਂ ਪੇਟੋਂ ਪਾੜ ਸ਼ਗੂਫੇ ਕੱਢੇ ਮੈਂ ਕਿ ਮੈਂ ਕਈ ਕਈ ਬੋਝ ਉਠਾਏ ਤੇ ਤੋੜਨ ਵਾਲਾ ਯਾਰ ਮੁਹੰਮਦ ਰੱਤੀ ਰਹਿਮ ਨਾ ਖਾਵੇ। ਲੋ ਜਨਾਬ, ਉਹ ਜਦੋਂ ਫੁੱਲ ਸ਼ਾਖ ਤੋਂ ਜੁਦਾ ਹੋਇਆ ਤੇ ਫੁੱਲ ਸ਼ਾਖ ਨੂੰ ਆਂਦੇ ਨੇ, ਅਸਾਂ ਤੁਸਾਂ ਹੁਣ ਮਿਲਣਾ ਨਹੀਂ, ਤੇ ਅਸਾਂ ਤੁਸਾਂ ਹੁਣ ਮਿਲਣਾ ਨਹੀਂ, ਪਈ ਹਮੇਸ਼ ਜੁਦਾਈ, ਅਸਾਂ ਤੁਸਾਂ ਹੁਣ ਮਿਲਣਾ ਨਹੀਂ, ਪਈ ਹਮੇਸ਼ ਜੁਦਾਈ। ਬੁਲਬੁਲ ਆਈ ਹੈ ਬਾਗ ਚ ਤੇ ਉੱਥੇ ਕੀ ਵੇਖਿਆ ਕਿ ਬਾਗ ਚ ਫੁੱਲ ਹੀ ਨਹੀਂ ਰਹਿ, ਬਾਗ ਚ ਫੁੱਲ ਹੀ ਨਹੀਂ ਰਹਿ ਤੇ ਜ਼ਾਰੋ ਜ਼ਾਰ ਇੱਧਰ ਉੱਧਰ ਫਿਰ ਰਹੀ ਹੈ। ਤੇ ਉੱਥੇ ਮੀਆਂ ਸਾਹਿਬ ਨੇ ਸ਼ੇਰ ਕੀ ਲਿਖਿਆ, ਕਿਉਂਕਿ ਆਸ਼ਿਕ ਹੁੰਦੀ ਹੈ ਤੇ ਰਖਵਾਲੀ ਕਰਦੀ ਹੈ, ਤੇ ਮੀਆਂ ਸਾਹਿਬ ਨੇ ਲਿਖਿਆ, ਬਾਗ ਤੇਰੇ ਦੀ ਰਾਖੀ ਕਰ ਕਰ, ਓਏ ਬਾਗ ਤੇਰੇ ਦੀ ਰਾਖੀ ਕਰ ਕਰ, ਮੈਂ ਸਾਰੀ ਉਮਰ ਗੁਜ਼ਾਰੀ, ਜਿਸ ਦਮ ਬਾਗ ਪੱਕਣ ਤੇ ਆਇਆ, ਜਿਸ ਦਮ ਬਾਗ ਪੱਕਣ ਤੇ ਆਇਆ, ਲੈ ਗਏ ਹੋਰ ਪਪਾਰੀ, ਜਿਸ ਦਮ ਬਾਗ ਪੱਕਣ ਤੇ ਆਇਆ, ਲੈ ਗਏ ਹੋਰ ਪਪਾਰੀ, ਜਿਸ ਦਮ ਬਾਗ ਪੱਕਣ ਤੇ ਆਇਆ। ਜਨਾਬ, ਇੱਕ ਮਾਲੀ ਬਾਗ ਦੀ ਰਖਵਾਲੀ ਕਰਦਾ, ਅਸੀਂ ਵੀ ਕਰਨੇ ਆ, ਕਿਸੇ ਵੀ ਬਾਗ ਦੀ ਰਖਵਾਲੀ ਕਰਨੇ ਆ, ਦਾਣਾ ਪਾਉਂਦੇ ਆ, ਵਾਹੁੰਦੇ ਆ, ਤੇ ਜਦੋਂ ਅਮਰ ਉਸ ਜ਼ਾਤ ਦਾ ਹੋਣਾ ਤੇ ਫਿਰ ਹੀ ਕੁਛ ਮਿਲਣਾ, ਹਾਸਲ ਹੋਣਾ, ਇਨਸਾਨ ਦੇ ਵੱਸ ਜੋ ਵੀ ਹੁੰਦਾ ਉਹ ਕਰਦਾ। ਤੇ ਮਾਲੀ ਦਾ ਕੀ ਕੰਮ ਹੈ? ਮਾਲੀ ਬਾਗ ਦੀ ਰਾਖੀ ਕਰਦਾ, ਮਾਲੀ ਬਾਗ ਦੀ ਰਾਖੀ ਕਰਦਾ, ਮਾਲੀ ਬਾਗ ਦੀ ਰਾਖੀ ਕਰਦਾ, ਪਰ ਪਰ ਮਛਕਾਂ ਪਾਰੇ, ਮਾਲੀ ਬਾਗ ਦੀ ਰਾਖੀ ਕਰਦਾ, ਪਰ ਪਰ ਮਛਕਾਂ ਪਾਰੇ, ਮਲਕ ਦਾ ਕਮਲ ਫਲ ਫੁੱਲਣਾ, ਮਲਕ ਦਾ ਕਮਲ ਫਲ ਫੁੱਲਣਾ, ਲਾਵੇ ਯਾਰਾ ਲਾਵੇ, ਆਖਿਆ ਉਹ ਥੱਲੇ ਕੱਸੀ ਵਗਦੀ ਆ, ਮਟਕਾ ਫੜ ਤੇ ਪਾਣੀ ਭਰ ਲਿਆ, ਪਾਣੀ ਭਰ ਲਿਆ। ਲੋ ਜਨਾਬ, ਮਟਕਾ ਫੜਿਆ, ਥੱਲੇ ਕੱਸੀ ਤੇ ਟੁੱਟ ਗਿਆ। ਉੱਥੇ ਜਾ ਕੇ ਕੀ ਵੇਂਦਾ? ਇੱਕ ਹਸੀਨ ਨੁਖੀਜ਼ ਔਰਤ, ਤੇ ਉਹਦੇ ਧਿਆਨ ਲੱਗ ਗਿਆ। ਪੀਰ ਦਾ ਅਮਰ ਭੁੱਲ ਗਿਆ,
ਤੇ ਮੀਆਂ ਸਾਹਿਬ ਬੇਲੀ ਵੀ ਉਹ ਹੁੰਦਾ ਜਿਹੜਾ ਜਾਨੀ ਜਾਨ ਹੁੰਦਾ ਤੇ ਮੀਆਂ ਸਾਹਿਬ ਨੂੰ ਜਾਮ ਕੇ ਹੀ ਲੈ ਵੀ ਉਹ ਤੇ ਲੱਗਦਾ ਕਿ ਤੇਰੇ ਧਿਆਨ ਲੱਗ ਗਿਆ ਮੀਆਂ ਸਾਹਿਬ ਆਏ ਨੇ ਤੇ ਆ ਕੇ ਧੌਣੋਂ ਫੜ ਲਿਆ ਤੇ ਮੀਆਂ ਸਾਹਿਬ ਨੇ ਉੱਥੇ ਆਖਿਆ ਪਾਂਡੇ ਉੱਤੇ ਨਿਉਂ ਲਗਾਣਾ ਪਾਂਡੇ ਉੱਤੇ ਨਿਉਂ ਲਗਾਣਾ ਕੀ ਇੱਥੇ ਦਾਨਾਈ ਪਾਂਡੇ ਉੱਤੇ ਨਿਉਂ ਲਗਾਣਾ ਕੀ ਇੱਥੇ ਦਾਨਾਈ ਨਿਉਂ ਲਗਾ ਉਸ ਕਾਰੀਗਰ ਨਾਲ ਨਿਉਂ ਲਗਾ ਉਸ ਕਾਰੀਗਰ ਨਾਲ ਜਿਸਨੇ ਸ਼ਕਤ ਬਣਾਈ ਇਸੇ ਤਰ੍ਹਾਂ ਮੀਆਂ ਸਾਹਿਬ ਦੀ ਖਿਦਮਤ ਵਿੱਚ ਇੱਕ ਔਰਤ ਆ ਗਈ ਹਾਰ ਸ਼ਿੰਗਾਰ ਅੰਗੂਠੀਆਂ ਕਾਂਟੇ ਸਾਰਾ ਕੁਛ ਪਾਇਆ ਹੈ ਬਣੀ ਠੱਡੀ ਹੈ ਬਣੀ ਠੱਡੀ ਤੇ ਆ ਕੇ ਆਉਂਦੀ ਹੈ ਮੀਆਂ ਸਾਹਿਬ ਮੇਰਾ ਸ਼ੋਹਰ ਮੇਰੇ ਤੇ ਰਾਜ਼ੀ ਨਹੀਂ ਤੇ ਮੀਆਂ ਸਾਹਿਬ ਨੇ ਆਖਿਆ ਬਾਰੋ ਬਾਰੀ ਕਰ ਛੱਡ ਦੇ ਬਾਰੋ ਬਾਰੀ ਛੱਡ ਦੇ ਸਾਡੇ ਅੰਦਰ ਦਾ ਕੂੜਾ ਬਾਰੋ ਬਾਰੀ ਬੋਕਰ ਛੱਡ ਦੇ ਸਾਡੇ ਅੰਦਰ ਦਾ ਕੂੜਾ ਜੇ ਨਾ ਯਾਰ ਬੁਲਾਵੇ ਤੈਨੂੰ ਜੇ ਨਾ ਯਾਰ ਬੁਲਾਵੇ ਤੈਨੂੰ ਛੱਡ ਕੱਚ ਦਾ ਆਪਣੀ ਦਾੜੀ ਮੁਬਾਰਕ ਨਾਲ ਆਪਣੀ ਖੁਸ਼ੀ ਨਾਲ ਆਪਣੇ ਮੁਰਸ਼ਦ ਪਾਕ ਦਮੜੀ ਵਾਲੀ ਸਰਕਾਰ ਦੇ ਦਾੜੀ ਨਾਲ ਝਾੜੂ ਦਿੰਦੇ ਸਨ ਇੱਕ ਵਾਰ ਝਾੜੂ ਦਿੰਦੇ ਦਿੰਦਿਆਂ ਦਰਬਾਰ ਦੇ ਦਰਵਾਜ਼ੇ ਨੂੰ ਸਿਰ ਟਕਰਾਇਆ ਤੇ ਅੰਦਰੋਂ ਆਵਾਜ਼ ਆਈ ਹੈ ਦਮੜੀ ਵਾਲੀ ਸਰਕਾਰ ਦੇ ਅੰਦਰੋਂ ਆਵਾਜ਼ ਆਈ ਦਰਬਾਰੋਂ ਦੇ ਮੀਆਂ ਮੋਹਨ ਬਖਸ਼ਾ ਕੀ ਚੰਨ ਤੇ ਮੀਆਂ ਸਾਹਿਬ ਨੇ ਆਖਿਆ ਇੱਕ ਬੁਲੀ ਇੱਕ ਖੰਡੇ ਪਿਸਤੇ ਇੱਕ ਬੁਲੀ ਇੱਕ ਖੰਡੇ ਪਿਸਤੇ ਮੈਂ ਅੱਖ ਟੂਟ ਕਰੂੰਗਾ ਯਾਦ ਰੱਖਿਓ ਅਸਲਾਮ ਵਾਲੇਕੁਮ।